ਉਹ ਤਾਂ ਘਰ ਤਾਂ ਕੋਈ ਡੱਬਾ ਰਹਿੰਦਾ ਹੀ ਨਹੀਂ। ਉਹਨਾਂ ਦੇ ਕੋਈ ਹੋਰ ਰਿਸ਼ਤੇਦਾਰ ਉਹ ਹੈਗਾ ਨਕੋਦਰ ਹੀ ਆਏ। ਅੱਛਾ ਨਕੋਦਰ ਦੇ ਆਏ ਉਹ ਕਿਹੜਾ ਘਰ ਆਏ ਵੀ ਆ ਉਹ ਰਾਹ ਜਾਂਦਾ ਪਿਛਲੇ ਪਾਸੇ
ਆਈਡੀਆ ਆਇਆ ਜਹਾਜ਼ ਬਣਾਉਣ ਦਾ ਅਤੇ ਕਿੰਨਾ ਖਰਚਾ ਆਇਆ ਅਤੇ ਕੀ ਪਛਾਣ ਬਣਗੀ ਪਿੰਡ ਦੀ ਉਹਨਾਂ ਦੀ? ਇਸ ਜਹਾਜ਼ ਦਾ ਚਾਹੀਦਾ ਇੰਡੀਆ 'ਚ ਗਏ ਸੀ, ਪੈਸਾ ਕਮਾਇਆ, ਸ਼ੌਕ ਸੀ ਕਿ ਇਸ ਤਰ੍ਹਾਂ ਦਾ ਐਰੋਪਲੇਨ ਬਣਾਈਏ, ਉਹ ਬਣਾਇਆ ਅਤੇ ਬੱਚੇ ਵੀ ਖੁਸ਼ ਆ, ਹੋਰ ਸਾਰੇ ਪਿੰਡ ਦੇ ਵੀ ਬੜੇ ਖੁਸ਼ ਆ, ਬਾਹਰ ਬਾਹਰ ਲੋਕ ਦੇਖਣ ਆਉਂਦੇ ਆ, ਬੜੀ ਖੁਸ਼ੀ ਦੀ ਗੱਲ ਹੈ। ਤਕਰੀਬਨ ਇਹਦੇ ਬੈਡਰੂਮ, ਦੋ ਬੈਡਰੂਮ ਆ, ਦੋ ਬਾਥਰੂਮ ਹੈ, ਸਿਟਿੰਗ ਰੂਮ ਹੈ, ਬਾਕੀ ਤਕਰੀਬਨ 20 ਲੱਖ ਰੁਪਈਆ ਇੱਥੇ ਖਰਚਾ। ਇਹ ਤਕਰੀਬਨ 8-9 ਸਾਲ ਪੁਰਾਣਾ ਹੈ, ਜੋ ਕਿ ਸਾਡੇ ਪਿੰਡ ਦਾ ਉੱਪਰ ਉੱਪਰ ਦੇ ਬਜਾਏ ਜਹਾਜ਼ ਵਾਲੇ ਉੱਪਰ ਰੋਕ ਕਰਨ ਲੱਗ ਪਏ। ਸਾਡੇ ਪਿੰਡ ਦੇ ਵਿੱਚ ਜਹਾਜ਼ ਬਣਿਆ ਬਹੁਤ ਵਧੀਆ ਮਹਿਸੂਸ ਕਰਦੇ ਅਸੀਂ, ਜਿੱਦਾਂ ਜਹਾਜ਼ ਤਾਂ ਹੋਰ ਵੀ ਬਹੁਤ ਬਣੇ ਆ, ਕਿਸੇ ਨੇ ਗੁਲਾਬ ਜਿੱਦਾਂ ਕਮਲ ਦਾ ਫੁੱਲ ਬਣਾਇਆ, ਕਿਸੇ ਨੇ ਛੋਟੇ ਛੋਟੇ ਜਹਾਜ਼ ਬਣਾਏ ਆ, ਜਿੱਦਾਂ ਇਹ ਬਹੁਤ ਵੱਡਾ ਆ, ਇਹਦੇ ਵਿੱਚ ਜਿੱਦਾਂ 2 ਰੂਮ ਆ, ਹੋਲ ਆ, 2 ਵਾਸ਼ਰੂਮ ਆ, ਜਿੱਦਾਂ ਸਾਰੀਆਂ ਸਹੂਲਤਾਂ ਆ ਵਿੱਚ ਇਹਦੇ, ਅਤੇ ਬਹੁਤ ਵਧੀਆ ਸਾਨੂੰ ਲੱਗਦਾ, ਜਿੱਦਾਂ ਸਾਨੂੰ ਵਧੀਆ ਲੱਗਦਾ ਜਿੱਦਾਂ ਕੋਈ ਆ ਕੇ ਬਾਹਰ ਪੁੱਛਦਾ ਜਦੋਂ ਸਾਨੂੰ, ਅਤੇ ਚੰਗਾ ਲੱਗਦਾ। ਜਿੱਦਾਂ ਅੱਗੇ ਉੱਪਲ ਭੂਸਾ ਕਹਿੰਦੇ ਸੀ, ਹੁਣ ਉੱਪਲ ਭੂਸਾ ਨਹੀਂ, ਅਗਲਾ ਕਹਿੰਦਾ, ਅਗਲਾ ਕਹਿੰਦਾ ਵੀ ਜਹਾਜ਼ ਵਾਲੇ ਉੱਪਲ ਜਾਣਾ। ਭਾਅ ਜੀ ਵੱਡੇ ਵੱਡੇ ਨਹੀਂ ਨਜ਼ਰ ਆਉਂਦੇ? ਚਾਹੀਦਾ ਸੀ ਕਿਸੇ ਤੋਂ।